मैनू लिखण दा शौक आ ते मैं कहानियां वगैरह भी लिखदी हाँ जो साढ़े खाड़कू संघर्ष के योधे हुए आ उन्हां बारे मैं इतिहास पढ़िया तो मैं उन्हां दियां जीवनियां बारे लिखती रहनी हाँ। फेसबुक ते तुसी की लिखदे हो की थोड़ा मसला है तुसी की चाहते हो मैं उन्होंने दसता भी असां पंजाब दे मसलियां ते लिखदे हां मेरा नाम हरप्रीत कौर हरप्रीत तुहाडे घरे अज एनआई दी रेड दित्ती है हां जी की उन्होंने तुहाडे कोल पुछगिछ कीती ते की कहा नहीं पुछगिछ तो उन्होंने सोशल मीडिया का ही सीगा इशू वो कहते तुसी लिखते हो मैं क्या हाँ जी भी मैं लिखती हाँ कोई मेरा फेक खाता नहीं है मेरा मतलब अपनी मेरी आई डी है हरप्रीत कौर मोगा के नाम से वो भी मेरी रीयल है तो उस तो बाद गुरलाभ सिंह का पेज आ मेरे हसबेंड का पेज आ भी मैं लिखती हाँ मेरा बकायदा उपर मेरी आपकी आई डी मैनशन की होंगी हैगी तो उन्होंने मैं क्या भी मैनू लिखन का शौक है तो मैं कहानियां वगैरह भी लिखती हाँ जो साढ़े खाड़कू संघर्ष के योधे हुए आ उन्हां बारे मैं इतिहास पढ़िया तो मैं उन्होंने जीवनियों बारे लिखती रहनी हाँ। ਕੋਈ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਵੀ ਤੁਸੀਂ ਲਿਖਦੇ ਸੀ ਵਿੱਚੋਂ ਦੇ ਨਹੀਂ ਖਾਲਿਸਤਾਨ ਦੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਤਾਂ ਲਿਖਦੇ ਆ ਪੰਜਾਬ ਦਾ ਅਸੀਂ ਕੋਈ ਵੀ ਸਰਕਾਰ ਆ ਸਾਡਾ ਕਿਸੇ ਸਰਕਾਰ ਨਾਲ ਨਾ ਸਾਡੀ ਵਿਰੋਧ ਤਾਂ ਨਾ ਅਸੀਂ ਕਿਸੇ ਦੇ ਬਹੁਤਾ ਪੱਖ 'ਚ ਆ ਤਾਂ ਜੋ ਵੀ ਆ ਹਨਾ ਅਸੀਂ ਸਰਕਾਰਾਂ ਚੁਣਦੇ ਆ ਵੋਟਾਂ ਦੇ ਕੇ ਹਨਾ ਇਹ ਲੋਕਤੰਤਰ ਆ ਤਾਂ ਅਸੀਂ ਵੋਟਾਂ ਦੇ ਕੇ ਸਰਕਾਰਾਂ ਚੁਣਦੇ ਆ ਜਦੋਂ ਸਰਕਾਰਾਂ ਸਾਡੇ ਮਸਲਿਆਂ ਦੇ ਜਿਹੜੇ ਪੰਜਾਬ ਦੇ ਮਸਲੇ ਆ ਉਹਨਾਂ ਤੇ ਸਾਨੂੰ ਮਤਲਬ ਕੋਈ ਹੱਥ ਨਹੀਂ ਫੜਾ ਰਹੇ ਕੋਈ ਆਨਾਕਾਨੀ ਕਰਦੇ ਆ ਜਾਂ ਸਾਡੇ ਨਾਲ ਪਹਿਲਾਂ ਜਿਹੜੇ ਵਾਅਦੇ ਕਰਦੇ ਉਹਨਾਂ ਤੇ ਗੱਲ ਪੂਰੀ ਨਹੀਂ ਕਰਦੇ ਤਾਂ ਫਿਰ ਅਸੀਂ ਉਹਦੇ ਬਾਰੇ ਤਾਂ ਲਿਖਾਂਗੇ ਜਿਵੇਂ ਹੁਣ ਸਿੰਥੈਟਿਕ ਡਰੱਗਸ ਦਾ ਮਸਲਾ ਸੀਗਾ ਹਨਾ ਚਿੱਟੇ ਦਾ ਤੇ ਉਹ ਬਹੁਤ ਸਰਕਾਰਾਂ ਨੇ ਸਾਨੂੰ ਵਾਅਦੇ ਕੀਤੇ ਆ ਵੀ ਅਸੀਂ ਇਹ ਬੰਦ ਕਰਾਂਗੇ ਤਾਂ ਉਹਦੇ ਬਾਰੇ 'ਚ ਅਸੀਂ ਉਹ ਲਿਖਦੇ ਹਾਂ ਅਸੀਂ ਖਸਖਸ ਦੀ ਖੇਤੀ ਦੇ ਨਾਲ ਸਹਿਮਤ ਹਾਂ ਉਹਦੀ ਸਾਡੀ ਇੱਕ ਯੂਨੀਅਨ ਬਣੀ ਆ ਲੇਡੀਜ਼ ਦੀ ਯੂਨੀਅਨ ਬਣੀ ਹੋਈ ਆ ਸਾਡੇ ਫਤਿਹਗੜ੍ਹ ਸਾਹਿਬ ਤੋਂ ਬੀਬੀ ਗੁਰਜੀਤ ਕੌਰ ਜੀ ਸਾਡੇ ਪ੍ਰਧਾਨ ਆ ਯੂਨੀਅਨ ਦੇ ਸੂਬਾ ਪ੍ਰਧਾਨ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ ਬਾਕੀ ਮੁਕਤਸਰ ਸਾਹਿਬ ਤੋਂ ਹੈਗੇ ਨੇ ਆਪਣੇ ਐਮ ਸੀ ਆ ਲੇਡੀਜ਼ ਬੀਬੀ ਇੰਦਰਜੀਤ ਕੌਰ ਜੀ ਅਤੇ ਉਹਨਾਂ ਦੇ ਹਸਬੈਂਡ ਹੈਗੇ ਨੇ ਜਗਦਾਰ ਜੱਗਾ ਜੀ ਸ਼ਾਇਦ ਜੱਗੀ ਵੀਰ ਆ ਉਹਨਾਂ ਦਾ ਨਾਮ ਤਾਂ ਉਹ ਕਰ ਰਹੇ ਆ ਹਨਾ ਖਸਖਸ ਦੀ ਖੇਤੀ ਦੇ ਮਸਲਿਆਂ 'ਤੇ ਵੀ ਅਸੀਂ ਉਹਨਾਂ ਨਾਲ ਸਹਿਮਤ ਹਾਂ ਵੀ ਉਹ ਅਸੀਂ ਉਹਨਾਂ ਬਾਰੇ ਲਿਖੀ ਦਾ ਖਾਲਿਸਤਾਨ ਦੇ ਮੁੱਦੇ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿੰਨੀ ਦੇਰ ਪੁੱਛਗਿਛ ਕੀਤੀ ਗਈ ਤੁਹਾਡੇ ਨਾਲ ਲਗਭਗ 2-2.5 ਘੰਟੇ ਕਿੰਨੇ ਕੁ ਜਾਣੇ ਸੀਗੇ ਜਿਹੜੀ ਟੀਮ ਦੇਖਣ ਨੂੰ ਆਈ 10-11 ਜਾਣੇ ਸੀਗੇ ਕੀ ਘਰ ਦੀ ਤਲਾਸ਼ੀ ਲਈ ਸੀਗੀ ਜਾਂ ਕੋਈ ਹੋਰ ਨਹੀਂ ਇਹ ਜਿਹਾ ਕੁਝ ਨਹੀਂ ਹੋਇਆ ਘਰ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਤਲਾਸ਼ੀ ਲੈ ਸਕਦੇ ਹੋ ਕਿਉਂਕਿ ਮੇਰੇ ਸਾਰੇ ਕਮਰੇ ਅੱਜ ਕੱਲੇ ਮੰਜੇ ਹੀ ਆ ਮੇਰੇ ਕੋਲ ਫਰਨੀਚਰ ਵਗੈਰਾ ਹੋਰ ਹਲੇ ਕੁਝ ਨਹੀਂ ਹੈਗਾ ਵੀ ਲੈ ਸਕਦੇ ਹੋ ਤੁਸੀਂ ਹਾਂ ਕੀ ਪੁੱਛੀ ਜੀ ਕੀ ਕੀਤੀ ਤੁਹਾਨੂੰ ਵੈਸੇ ਹੀ ਫੇਸਬੁੱਕ ਤੇ ਤੁਸੀਂ ਕੀ ਲਿਖਦੇ ਹੋ ਕੀ ਤੁਹਾਡਾ ਮਸਲਾ ਹੈ ਤੁਸੀਂ ਕੀ ਚਾਹੁੰਦੇ ਹੋ ਮੈਂ ਉਹਨਾਂ ਨੂੰ ਦੱਸਦਾ ਵੀ ਅਸੀਂ ਤਾਂ ਪੰਜਾਬ ਦੇ ਮਸਲਿਆਂ ਤੇ ਲਿਖਦੇ ਆ ਮੈਨੂੰ ਲਿਖਣ ਦਾ ਸ਼ੌਂਕ ਆ ਜੀਵਨੀਆਂ ਲਿਖਦੀ ਰਹਿਣੀ ਆ ਤਾਂ ਜਾਂ ਮਤਲਬ ਜਿਹੜੇ ਕੋਈ ਐਨ ਜੀ ਓ ਚਲਾਉਂਦੇ ਆ ਡੌਗਸ ਵਗੈਰਾ ਦੇ ਵੀ ਮੈਂ ਉਹਨਾਂ ਦੇ ਲਿੰਕ ਸ਼ੇਅਰ ਕਰਦੀ ਜਾਂ ਮੈਨੂੰ ਉਹਨਾਂ ਦਾ ਸ਼ੌਂਕ ਆ ਵੀ ਉਹ ਐਨ ਜੀ ਓ ਮੈਂ ਚਲਾਵਾਂ ਜਿਹਦਾ ਪੇਜ ਚਲਾ ਰਹੇ ਹੋ ਕੀ ਨਾਮ ਹੈ ਪੇਜ ਦਾ ਗੁਰਲਾਭ ਸਿੰਘ ਤੁਸੀਂ ਚਲਾਉਂਦੇ ਹੋ ਹਾਂਜੀ ਉਹ ਉਹਨਾਂ ਦਾ ਬਣਿਆ ਹੋਇਆ ਸੀ ਉਹਦੇ ਤੇ ਜਾਨੀ ਕਿ ਲਿਖਦੀ ਮੈਂ ਆ ਤੇ ਹਸਬੰਡ ਕੀ ਕਰਦੇ ਤੁਹਾਡੇ ਉਹ ਟਰੱਕ ਡਰਾਈਵਰ ਆ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਡਿਊਟੀ ਕੀਤੀ ਇਹੀ ਉਹਨਾਂ ਨੇ ਪੁੱਛ ਪੜਤਾਲ ਕੀਤੀ ਹੋਰ ਜ਼ਿਆਦਾ ਕੁਝ ਨਹੀਂ ਆ ਕੋਈ ਡਰੱਗ ਮਣੀ ਨੂੰ ਲੈ ਕੇ ਵੀ ਉਹਨਾਂ ਨੇ ਕੁਛ ਕੁਛ ਟ੍ਰਾਂਜੈਕਸ਼ਨ ਵਗੈਰਾ ਕੀਤੀ ਉਹਨਾਂ ਨੇ ਪਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੇਰੇ ਖਾਤੇ ਕੰਘਾਲ ਸਕਦੇ ਹੋ ਹਨਾ ਮੈਨੂੰ ਨਾ ਕਿਸੇ ਦਾ ਕੋਈ ਮਤਲਬ ਆਇਆ ਪੈਸਾ ਨਾ ਅਸੀਂ ਲੈਣਾ ਤੇ ਨਾ ਅਸੀਂ ਲਿਆ ਇਸ ਤੋਂ ਪਹਿਲਾਂ ਪਰਿਵਾਰ ਦੇ ਵਿੱਚ ਕਿੰਨੇ ਕੁ ਜਾਣੇ ਤੁਸੀਂ ਰਹਿੰਦੇ ਹੋ ਪਰਿਵਾਰ ਦੇ ਵਿੱਚ ਅਸੀਂ 4 ਜੀ ਆ ਦੋਨੇ ਮਤਲਬ ਮੀਆਂ ਬੀਬੀ ਅਸੀਂ ਆ ਤੇ ਮਤਲਬ ਦੋਨੇ ਮੇਰੇ ਬੇਟੇ ਆ ਤੁਸੀਂ ਪੇਸ਼ੇ ਤੋਂ ਕੀ ਕੰਮ ਕਰ ਰਹੇ ਹੋ ਪੇਸ਼ੇ ਤੋਂ ਪਹਿਲਾਂ ਅਸੀਂ ਮੇਰੇ ਹਸਬੈਂਡ ਗ੍ਰੰਥੀ ਸਿੰਘ ਸੀ ਮੈਂ ਉਹਨਾਂ ਦੇ ਨਾਲ ਸੀ ਡਿਊਟੀ ਦੌਰਾਨ ਤਾਂ ਹੁਣ ਉਹ ਟਰੱਕ ਚਲਾ ਰਹੇ ਆ ਮੈਂ ਘਰ ਆ ਹਾਊਸ ਵਾਈਫ ਆ ਗ੍ਰੰਥੀ ਕਿਹੜੀ ਜਗ੍ਹਾ ਸੀ ਲੋਕਲੀ 2-3 ਪਿੰਡਾਂ ਦੇ ਵਿੱਚ ਡਿਊਟੀ ਕੀਤੀ ਹੈ ਤਿੰਨ ਚਾਰ ਕਿ ਤੁਹਾਨੂੰ ਰਹਿੰਦੇ ਨੂੰ ਪਿੰਡ ਦੇ ਵਿੱਚ ਇੱਥੇ ਸਾਨੂੰ ਮਕਾਨ ਬਣਾਏ ਨੂੰ 15-16 ਸਾਲ ਹੋ ਗਏ ਆ ਜਗ੍ਹਾ ਲਈ ਨੂੰ 17-18 ਸਾਲ ਹੋ ਗਏ ਫਿਰ ਅਸੀਂ 15 ਸਾਲ 2 ਸਾਲ ਬਾਅਦ ਮਕਾਨ ਬਣਾਇਆ ਤਾਂ ਘਰੇ ਅਸੀਂ ਹੁਣ 7-8 ਸਾਲ ਤੋਂ ਆਏ ਹੋਏ ਆ 7 ਸਾਲ ਹੋ ਗਏ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਡਿਊਟੀ ਸੀ ਕਿੰਨੇ ਕੁ ਜਣੇ ਕਿੰਨੇ ਕੁ ਵਜੇ ਆਏ ਸੀ ਜਿਹੜੀ ਰੇਡ ਵੱਜੀ ਤੁਹਾਡੇ ਘਰੇ ਮੈਂ ਟਾਈਮ ਨੋਟ ਨਹੀਂ ਕੀਤਾ ਹਲੇ ਸੁੱਤੇ ਪਏ ਸੀਗੇ ਇਹ ਤੁਹਾਨੂੰ ਬਾਅਦ ਚ ਬੁਲਾਇਆ ਵੀ ਗਿਆ ਜਾਂ ਫਿਰ ਹਾਂਜੀ ਪਰਸੋਂ ਬੁਲਾਇਆ ਕੀ ਕਿਹਾ ਗਿਆ ਉਹ ਕਹਿੰਦੇ ਤੁਸੀਂ ਉੱਥੇ ਆ ਜਾਓ ਥੋੜੀ ਵੀ ਮਤਲਬ ਪੁੱਛਦਾ ਕਰਨੀ ਪੁੱਛਦਾ ਚੰਡੀਗੜ੍ਹ